ਮੈਂ 40 ਸਾਲ SPA ਤੋਂ ਡਿਪਟੀ ਕਮਿਸ਼ਨਰ ਨੌਕਰੀ ਕੀਤੀ ਲਗਾਤਾਰ, ਅਤੇ ਉਹਨਾਂ IAS ਅਫਸਰਾਂ ਦੀ ਹੀ ਦੇਣ ਸੀਗੀ ਮੈਨੂੰ ਵੀ ਉਹਨਾਂ ਨੇ ਮੇਰਾ ਮਾਇੰਡ ਚੇਂਜ ਕੀਤਾ ਵੀ ਤੂੰ ਮੇਰਾ ਮਾਇੰਡ ਦੇਖ ਕੇ ਵੀ ਤੂੰ ਕੁਛ ਸੋਸ਼ਲ ਕੰਮ ਕਰ। ਮਿਸਟਰ KAP ਸਿਨਹਾ ਸੀਗੇ ਸਾਡੇ DC, ਉਹ DC ਬਠਿੰਡਾ ਚਲੇ ਗਏ। ਉਹਨਾਂ ਨੇ ਮੈਨੂੰ ਲੈਟਰ ਬਣਾ ਕੇ ਭੇਜੀ ਵੀ ਤੂੰ ਐਜ਼ ਏ ਪ੍ਰੋਜੈਕਟ ਡਾਇਰੈਕਟਰ ਅਪਲਾਈ ਕਰ। ਉਹਨਾਂ ਦੇ ਡਾਇਰੈਕਸ਼ਨ ਥੱਲੇ ਮੈਂ ਲੈਟਰ ਭੇਜ ਕੇ ਅਤੇ ਇਹ ਅਪੁਆਇੰਟਮੈਂਟ ਹਾਜ਼ਰ ਕੀਤੀ। ਮੇਰੇ ਤੋਂ ਪਹਿਲਾਂ ਇੱਕ ਸਿਵਲ ਸਰਜਨ ਹੁੰਦਾ ਸੀਗਾ ਮਿਸਟਰ ਜਲੋਟਾ, ਉਹ ਚਲਾ ਰਿਹਾ ਸੀਗਾ। ਅਤੇ ਜਦੋਂ ਮੈਂ ਟੇਕ ਓਵਰ ਕੀਤਾ ਉਦੋਂ ਇਸ ਸੈਂਟਰ ਵਿੱਚ ਸਿਰਫ 3 ਬੈੱਡ ਹੁੰਦੇ ਸੀਗੇ, ਅਤੇ ਹੁਣ ਰੱਬ ਦੀ ਕਿਰਪਾ ਨਾਲ ਜਾਂ ਮਿਹਨਤ ਸਦਕਾ ਮੇਰੇ ਕੋਲ 30 ਬੈੱਡ ਦਾ ਹਸਪਤਾਲ ਹੈ ਜਿਹੜਾ ਕਿ ਹਮੇਸ਼ਾ ਹੀ ਭਰਪੂਰ ਰਹਿੰਦਾ ਹੈ ਮਰੀਜ਼ਾਂ ਨਾਲ। ਇੱਥੋਂ ਦੇ ਮਰੀਜ਼ 90% ਮੈਂ ਕਹਿੰਦਾ ਵੀ ਠੀਕ ਹੋ ਕੇ ਜਾਂਦੇ ਆ, ਅਤੇ ਉਹ ਆਪਣੀ ਮੇਨ ਲਾਈਫ ਵਿੱਚ ਜੁਆਇਨ ਕਰਦੇ। ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਮੈਨੂੰ ਪੋਸੀਬਲ ਹੋ ਸਕਦਾ ਕਿ ਇਹ ਅਵਾਰਡ ਮਿਲਿਆ ਹੋਵੇ। ਮੈਂ 39,996 ਮਰੀਜ਼ ਹੁਣ ਤੱਕ ਇਨਡੋਰ ਅਤੇ 68,967 ਇਹ ਮੈਂ ਆਊਟਡੋਰ ਵਿੱਚ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਜਿੰਨਾ ਵੀ ਇਨਫਰਾਸਟ੍ਰਕਚਰ ਤੁਸੀਂ ਦੇਖ ਰਹੇ ਹੋ ਇਹ ਗੌਰਮੈਂਟ ਵੱਲੋਂ ਨਹੀਂ ਦਿੱਤਾ ਗਿਆ, ਇਹ ਸਿਰਫ ਮੈਂ ਆਪਣੇ ਐਫਰਟਸ 'ਚੋਂ ਜਾਂ ਆਪਣੀ ਪਾਕਿਟ ਵਿੱਚ ਬਣਵਾਇਆ ਹੈ। ਇੱਥੇ ਲਾਇਬ੍ਰੇਰੀ ਹੈ, ਕੰਪਿਊਟਰ ਰੂਮ ਹੈ, ਸਿਨੇਮਾ ਹਾਲ ਹੈ, ਅਤੇ ਪੂਜਾ ਰੂਮ ਹੈ, ਮਲਟੀਪਰਪਸ ਜਿਮ ਹੈ। ਇਹ ਸਾਰੀਆਂ ਚੀਜ਼ਾਂ ਮੇਰੇ ਵੱਲੋਂ ਪਰਸਨਲ ਤੌਰ 'ਤੇ ਪ੍ਰੋਵਾਈਡ ਕੀਤੀਆਂ ਗਈਆਂ ਜਦੋਂ ਕਿ ਗੌਰਮੈਂਟ ਦੀ ਕੋਈ ਪੈਸਾ ਨਹੀਂ ਆਉਂਦਾ। ਈਵਨ ਮੈਨੂੰ 14,000 ਰੁਪਏ ਤਨਖਾਹ ਗੌਰਮੈਂਟ ਆਫ ਇੰਡੀਆ ਦੇ ਰਹੀ ਹੈ, ਉਹ ਵੀ ਮੈਂ ਇੱਥੇ ਡੋਨੇਟ ਕਰ ਰਿਹਾ ਤਾਂ ਕਿ ਇਸ ਸੈਂਟਰ ਦੇ ਬਾਕੀ ਖਰਚੇ ਵਾਧੂ ਕਰਕੇ ਮੈਂ ਉਹਦੇ ਵਿੱਚ ਪੂਰੇ ਕਰ ਸਕਾਂ।